ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇਸ਼ ਦੇ ਅੰਦਰ ਘਟ ਗਿਣਤੀ ਜਿਹੜੇ ਸਿੱਖ ਹੈ ਉਹਨਾਂ ਦਾ ਦੁਨੀਆ ਦੇ ਅੰਦਰ ਬਹੁਤ ਵੱਟੇ ਪੱਦਰ ਤੇ ਪਸਾਰ ਹੋ ਚੁੱਕਿਆ ਖਾਸ ਤੌਰ ਤੇ ਅਸੀਂ ਦੇਖ ਰਹੇ ਹਾਂ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਆਸਟ੍ਰੇਲੀਆ ਵਿੱਚ ਹੋਰ ਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਵਸ ਰਹੇ ਨੇ ਤੇ ਸਿੱਖਾਂ ਦੀ ਆਵਾਜ਼ਾਈ ਜਿਹੜੀ ਹੈ ਉਹ ਹਵਾਈ ਯਾਤਰਾ ਰਹੀ ਬਹੁਤ ਵੱਡੀ ਗਿਣਤੀ ਵਿੱਚ ਪਾਈ ਜਾਂਦੀ ਆ ਸੋ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਜਿਹਦੇ ਨਾਮ ਨੂੰ ਜਿਹੜਾ ਜੁੜਿਆ 에어ਪੋਰਟ ਅੰਮ੍ਰਿਤਸਰ 에어ਪੋਰਟ ਉਸ ਦੇ ਬਾਰੇ ਦੇ ਵਿੱਚ ਵੱਡੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਪਰ ਉਹ ਅਖੀਰ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਕੋਈ ਨਾ ਕੋਈ ਕਾਰਨ ਬਣਾ ਕੇ ਸੋ ਪਿਛਲੇ ਜਿਹੜਾ 9 ਤਰੀਕ ਦਾ ਜਨਰਲ ਜਲਾਸ ਸੀ ਉਸ ਦੇ ਵਿੱਚ ਵੀ ਐਡਵੋਕੇਟ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋਣੀ ਗੁਰਦੁਆਰਾ ਪਰੰਦਰ ਕਮੇਟੀ ਉਨ੍ਹਾਂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਕਿ ਅਮਰੋਦ ਸਰ ਸਾਹਿਬ ਦੇ 에어ਪੋਰਟ ਨੂੰ ਜਿਹੜੀਆਂ ਸਿੱਧੀਆਂ ਉਡਾਨਾਂ ਕੈਨੇਡਾ ਜਾਂ ਹੋਰ ਦੇ ਜਿਹੜੇ ਦੇਸ਼ਾਂ ਤੋਂ ਹੋਣੀਆਂ ਚਾਹੀਦੀਆਂ ਪਰ ਬੜਾ ਦੁੱਖ ਲੱਗਾ ਇਸ ਗੱਲ ਦਾ ਕਿ ਪਿਛਲੇ ਦਿਨੀ ਜਦੋਂ ਕੈਨੇਡਾ ਵੱਲੋਂ ਜਿੱਥੇ ਕੀ ਵੱਡੀ ਗਿਣਤੀ ਵਿੱਚ ਪੰਜਾਬੀ ਦੇ ਖਾਸ ਤੌਰ ਤੇ ਸਿੱਖ ਵਸਦੇ ਆ ਉਹਨਾਂ ਵੱਲੋਂ ਹਿੰਦੁਸਤਾਨ ਦੇ ਲਈ ਸਿੱਧੀਆਂ ਉਡਾਨਾਂ ਲਈ ਜਦੋਂ ਇਸ ਮੋਦੀ ਸਰਕਾਰ ਵੱਲੋਂ ਮੰਗ ਕੀਤੀ ਗਈ ਤਾਂ ਉਹਨਾਂ ਨੇ ਪੰਜਾਬ ਨੂੰ ਇਸ ਗੱਲੋਂ ਮਨਫ਼ੀ ਕਰ ਦਿੱਤਾ ਗਿਆ ਜਿੱਥੇ ਕਿ ਹੋਰ ਜਿਹੜੇ ਕਲਕੱਤਾ ਜਾਂ ਬੰਬੇ ਜਾਂ ਹੋਰ ਕੇਰਲਾ ਜਾਂ ਹੋਰ ਇਹੋ ਜਿਹੇ ਜਿਹੜੇ ਸਟੇਸ਼ਨਾਂ ਨੂੰ ਦਿੱਤੇ ਗਏ ਵੱਡੀ ਗਿਣਤੀ ਵਿੱਚ ਜਿੱਥੇ ਸਿੱਖ ਜਿਹੜੇ ਆ ਯਾਤਰਾ ਕਰਦੇ ਆ ਉਹ ਉਸ ਪੰਜਾਬ ਨੂੰ ਅਣ ਦੇਖਿਆ ਕਰ ਦਿੱਤਾ ਗਿਆ ਬੜਾ ਅਫਸੋਸ ਹੈ ਇਸ ਗੱਲ ਦਾ ਤੇ ਅਸੀਂ ਇਹ ਸਮਝਦੇ ਆ ਕਿ ਇਹ ਸਿੱਖਾਂ ਨਾਲ ਵੱਡਾ ਵਿਤਕਰਾ ਹੈ ਤੇ ਖਾਸ ਤੌਰ ਤੇ ਅਮਰitsar ਸਾਹਿਬ ਦੀ ਨਗਰੀ ਜਿਹੜੀ ਕਿ ਪੰਜਾਬ ਨਹੀਂ ਦੇਸ਼ ਦੇ ਅੰਦਰ ਸਭ ਤੋਂ ਵੱਡਾ ਇੱਕ ਟੂਰਿਸਟ ਕੇਂਦਰ ਵਜੋਂ ਜਾਣਿਆ ਜਾਂਦਾ ਉਸ ਨੂੰ ਇਸ ਗੱਲ ਲਈ ਅਨਲੈਕਟ ਕੀਤਾ ਗਿਆ ਸੋ ਅਸੀਂ ਨਿੱਜੀ ਤੌਰ ਤੇ ਵੀ ਤੇ ਸਮੁੱਚੀ ਸ਼ਰੌਣੀ ਗੁਰਦਰਾ ਪਰੰਦਰ ਕਮੇਟੀ ਇਸ ਗੱਲ ਲਈ ਜਿਹੜਾ ਸਿੱਖਾਂ ਨਾਲ ਬਹਿਸ ਕਰਾ ਕੀਤਾ ਗਿਆ ਇਸ ਗੱਲ ਲਈ ਅਸੀਂ ਇਹਦੀ ਕੋਰਨਿੰਦਾ ਕਰਦੇ ਹਾਂ ਭਾਵੇਂ ਕਿ ਪਿਛਲੇ ਦਿਨੀ ਕਿਨਾਰਾ ਹਮੀਦ ਸਾਹਿਬ ਵੱਲੋਂ ਜਿਹੜਾ ਪੱਤਰ ਵੀ ਦੇਸ਼ ਦੀ ਸਰਕਾਰ ਨੂੰ ਲਿਖਿਆ ਗਿਆ ਪਰ ਅੱਜ ਅਸੀਂ ਇਸ ਗੱਲ ਦਾ ਜਿਵੇਂ ਲੋਕਾਂ ਦੇ ਸਾਹਮਣੇ ਇਹ ਗੱਲ ਜਾਗਰੂਕ ਕਰਨੀ ਚਾਹੁੰਦੇ ਆ ਕਿ ਇਸ ਪੰਜਾਬ ਨਾਲ ਤੇ ਖਾਸ ਤੌਰ ਤੇ ਸਿੱਖਾਂ ਨਾਲ ਜਿਹੜੀਆਂ ਸਿੱਧੀਆਂ ਉਰਾਣਾ ਦੀ ਬਤਕਰਾ ਕੀਤਾ ਗਿਆ ਅਸੀਂ ਮੰਨ ਕਰਾਂਗੇ ਕਿਉਂਕਿ ਵਿਦੇਸ਼ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਆ ਪਰ ਇਹ ਦੇਸ਼ ਵੱਲੋਂ ਇਹਨੂੰ ਅਨਡਰਟ ਕਰ ਦਿੱਤਾ ਜਾਂਦਾ ਸੋ ਇਸ ਧੱਕੇ ਤੇ ਇਸ ਵਿਤਕਰੇ ਖਿਲਾਫ ਅਸੀਂ ਸਮੁੱਚਾ ਸਿੱਖ ਜਗਤ ਵੀ ਇਸ ਗੱਲ ਲਈ ਆਪਣੀ ਰੋਸ ਦਰਜ ਕਰਾਉਂਦਾ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਦੇਸ਼ ਦੀ ਸਰਕਾਰ ਮੋਦੀ ਸਰਕਾਰ ਜੇ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦੀ ਆ ਤਾਂ ਉਹਨੂੰ ਸਭ ਤੋਂ ਪਹਿਲਾਂ ਇਸ ਅੰਤਰਰਾਸ਼ਟਰੀ ਹਵਾਈ ਅੱਡਾ ਗੁਰੂ ਰਾਮਦਾਸ ਜੀ ਦੇ ਨਾਮ ਤੇ ਆ ਇਸ ਨੂੰ ਸਿੱਧੀਆਂ ਉਡਾਣਾਂ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਿਹੜਾ ਕਿ ਸਮੇਂ ਦੀ ਵੱਡੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ